ਅਸੀਂ ਪ੍ਰਕਾਸ਼ ਦੇ ਅਪਵਰਤਨ ਅਤੇ ਸੰਪੂਰਨ ਅੰਦਰੂਨੀ ਪਰਿਵਰਤਨ ਨੂੰ ਸਮਝਣ ਦੇ ਲਈ ਇੱਕ ਕਿਰਿਆ ਕਰਾਂਗੇ। ਇਸ ਕਿਰਿਆ ਦੇ ਲਈ ਸਾਨੂੰ ਜ਼ਰੂਰਤ ਪਵੇਗੀ ਡਟੋਲ ਦੀ ਬੋਤਲ ਦੇ ਵਿੱਚ ਥੋੜ੍ਹਾ ਜਿਹਾ ਪਾਣੀ, ਇੱਕ ਲੇਜ਼ਰ ਲਾਈਟ, ਅਗਰਬੱਤੀ ਅਤੇ ਇੱਕ ਮਾਚਿਸ ਦੀ ਡੱਬੀ ਦੀ। ਅਗਰਬੱਤੀ ਦੇ ਨਾਲ ਧੂੰਆਂ ਭਰਨ ਦੇ ਕਾਰਨ ਸਾਨੂੰ ਦੋ ਮਾਧਿਅਮ ਪ੍ਰਾਪਤ ਹੋ ਜਾਂਦੇ ਹਨ, ਇੱਕ ਧੂੰਏ ਵਾਲਾ ਮਾਧਿਅਮ ਜੋ ਕਿ ਵਿਰਲਾ ਹੈ ਅਤੇ ਦੂਸਰਾ ਪਾਣੀ ਵਾਲਾ ਮਾਧਿਅਮ ਜੋ ਕਿ ਧੂੰਏ ਨਾਲੋਂ ਵੱਧ ਸੰਘਣਾ ਹੈ। ਪਹਿਲੇ ਅਸੀਂ ਪ੍ਰਕਾਸ਼ ਦੇ ਅਪਵਰਤਨ ਦੇ ਲਈ ਕਿਰਿਆ ਕਰਾਂਗੇ। ਅਸੀਂ ਲੇਜ਼ਰ ਲਾਈਟ ਦੇ ਨਾਲ ਧੂੰਏ ਦੇ ਰਸਤੇ ਤੋਂ ਪਾਣੀ ਵੱਲ ਨੂੰ ਪ੍ਰਕਾਸ਼ ਪਾਵਾਂਗੇ। ਤੁਸੀਂ ਦੇਖ ਰਹੇ ਹੋ ਕਿ ਧੂੰਆਂ ਵਿਰਲਾ ਮਾਧਿਅਮ ਹੈ ਅਤੇ ਜਦੋਂ ਪ੍ਰਕਾਸ਼ ਦੀ ਕਿਰਨ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਜਿਵੇਂ ਕਿ ਪਾਣੀ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਦਾ ਰਸਤਾ ਥੋੜ੍ਹਾ ਬਦਲ ਜਾਂਦਾ ਹੈ। ਇਸ ਨੂੰ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਹਨ। ਦੂਜੀ ਕਿਰਿਆ ਦੇ ਵਿੱਚ ਅਸੀਂ ਪ੍ਰਕਾਸ਼ ਦੇ ਸੰਪੂਰਨ ਅੰਦਰੂਨੀ ਪਰਿਵਰਤਨ ਦੇ ਲਈ ਕਿਰਿਆ ਕਰਾਂਗੇ। ਤੁਸੀਂ ਦੇਖ ਰਹੇ ਹੋ ਕਿ ਪ੍ਰਕਾਸ਼ ਦੀ ਕਿਰਨ ਪਾਣੀ ਦੀ ਸਤ੍ਹਾ ਦੇ ਨਾਲ ਟਕਰਾਉਣ ਤੋਂ ਬਾਅਦ ਸਿੱਧੀ ਹੀ ਬਾਹਰ ਨਹੀਂ ਜਾਂਦੀ ਸਗੋਂ ਵਾਪਸ ਮੁੜ ਆਉਂਦੀ ਹੈ। ਇਸ ਨੂੰ ਪ੍ਰਕਾਸ਼ ਦਾ ਸੰਪੂਰਨ ਅੰਦਰੂਨੀ ਪਰਿਵਰਤਨ ਜਾਂ ਟੋਟਲ ਇੰਟਰਨਲ ਰਿਫਲੈਕਸ਼ਨ ਕਹਿੰਦੇ ਹਨ। ਜਿਵੇਂ ਜਿਵੇਂ ਕੋਣ ਬਦਲਦੇ ਜਾਂਦੇ ਹਨ ਉਸੇ ਤਰ੍ਹਾਂ ਹੀ ਪਰਿਵਰਤਨ ਦਾ ਕੋਣ ਵੀ ਬਦਲਦਾ ਜਾਂਦਾ ਹੈ ਅਤੇ ਇੱਕ ਸਥਿਤੀ ਐਸੀ ਆਉਂਦੀ ਹੈ ਜਿੱਥੇ ਪ੍ਰਕਾਸ਼ ਦੀ ਕਿਰਨ ਪਾਣੀ ਦੀ ਸਤ੍ਹਾ ਤੋਂ ਬਾਹਰ ਨਿਕਲ ਜਾਂਦੀ ਹੈ। ਪਰ ਜੇ ਅਸੀਂ ਕੋਣ ਨੂੰ ਬਦਲੀਏ ਤਾਂ ਪ੍ਰਕਾਸ਼ ਦੀ ਕਿਰਨ ਫਿਰ ਸਤ੍ਹਾ ਤੋਂ ਟਕਰਾਉਣ ਤੋਂ ਬਾਅਦ ਵਾਪਸ ਮੁੜ ਆਉਂਦੀ ਹੈ। ਇਹ ਹੈ ਪ੍ਰਕਾਸ਼ ਦਾ ਸੰਪੂਰਨ ਅੰਦਰੂਨੀ ਪਰਿਵਰਤਨ।